ਜਿਨ੍ਹਾਂ ਨੇ ਪੰਥ ਦੇ ਨਾਂ 'ਤੇ 50 ਸਾਲ ਤੋਂ ਹੀ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਹੈ। ਪੰਥ ਦੇ ਗੱਦਾਰ ਪੰਜਾਬ ਦੇ ਤਾਂ ਉਹ ਆਏ ਆ ਜਿਵੇਂ ਦੁਸ਼ਮਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਗੁਰਬਾਣੀ ਦੀ ਵਰਤੀ ਤੁਕ ਸਵਾ ਲੱਖ ਸੇ ਏਕ ਲੜਾਓ, ਜਦੋਂ ਤੋਂ ਇਹ ਤੁਕ ਵਰਤੀ ਗਈ ਹੈ ਉਦੋਂ ਤੋਂ ਹੀ ਪ੍ਰਕਾਸ਼ ਸਿੰਘ ਬਾਦਲ ਜੋਸ਼ ਵਿੱਚ ਨਜ਼ਰ ਆ ਰਹੇ ਨੇ। ਇਸ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੇ ਵਿਰੋਧੀਆਂ ਨੂੰ ਇਕੱਲੇ ਹੀ ਇੱਟ ਦਾ ਜਵਾਬ ਪੱਥਰ ਨਾਲ ਦੇ ਰਹੇ ਨੇ, ਜਿਸ ਨੂੰ ਲੈ ਕੇ ਉਹਨਾਂ ਵੱਲੋਂ ਲਗਾਤਾਰ ਪਿਛਲੇ 2 ਦਿਨਾਂ ਤੋਂ ਹਲਕਾ ਲੰਬੀ ਵਿੱਚ ਧੰਨਵਾਦ ਦੌਰਾ ਕੀਤਾ ਜਾ ਰਿਹਾ ਤੇ ਇਸ ਦੌਰਾਨ ਉਹਨਾਂ ਨੇ ਕਾਂਗਰਸ ਪਾਰਟੀ ਦੇ ਤਿੱਖੇ ਸ਼ਬਦੀ ਵਾਰ ਕਰਦੇ ਹੋਏ ਦੁਸ਼ਮਣ ਦੀ ਪਾਰਟੀ ਦੱਸਿਆ। ਪ੍ਰਕਾਸ਼ ਸਿੰਘ ਬਾਦਲ ਨੇ ਸੁਨੀਲ ਜਾਖੜ ਦੁਆਰਾ ਅਕਾਲੀ ਦਲ ਨੂੰ ਗਦਾਰ ਕਹਿੰਦੇ ਦਿੱਤੇ ਬਿਆਨ ਤੇ ਪਲਟਵਾਂ ਜਵਾਬ ਦਿੰਦਿਆਂ ਕਿਹਾ ਕਿ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟੀ ਮਾਰ ਕੇ ਵੇਖਣ। ਲੋਕ ਸਾਰੇ ਜਾਣਦੇ ਉਹਨਾਂ ਨੂੰ ਜਾਣਦੇ ਤੇ ਉਹੀ ਇਹਨਾਂ ਨੇ ਹਰਿਮੰਦਰ ਸਾਹਿਬ ਤੇ ਪਾਕਿਸਤਾਨ ਚ ਐਮਰਜੈਂਸੀ ਲਾਈ ਹੈ ਆਪਣੀ ਪੀੜ੍ਹੀ ਦਾ ਸੋਟੀ ਜਿਵੇਂ ਤਾਂ ਕਹੋ ਨਾ ਵੀ ਜੇ ਆਪ ਸੱਚੇ ਸੁੱਟੇ ਇਹਨਾਂ ਨੇ ਜੋ ਜਬਰ ਪਾਤ ਕੀਤਾ ਧਾਰਮਿਕ ਸਿਆਸੀ ਪੰਜਾਬ ਨਾਲ ਅਜੇ ਤਾਈ ਇਹਨਾਂ ਨੂੰ ਤਾਂ ਚੰਡੀਗੜ੍ਹ ਨੂੰ ਦੇਤਾ ਪੰਜਾਬੀ ਪੰਜਾਬ ਦੇ ਤਾਂ ਉਹ ਆਏ ਆ ਜਿਵੇਂ ਦੁਸ਼ਮਣ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਜਾਣ ਤੇ ਕਿਹਾ ਕਿ ਚੰਗੀ ਗੱਲ ਹੈ ਜੇਕਰ ਇਹ ਲਾਂਘਾ ਖੁੱਲ ਜਾਂਦਾ ਹੈ ਤੇ ਇਸ ਮੁੱਦੇ ਨੂੰ ਲੈ ਕੇ ਪਹਿਲਾਂ ਅਕਾਲੀ ਦਲ ਨੇ ਵੀ ਯਤਨ ਕੀਤੇ ਸਨ। ਇਹ ਬਣ ਜੇ ਬਹੁਤ ਦੇਰ ਲਈ ਸ਼੍ਰੋਮਣੀ ਅਕਾਲੀ ਦਲ ਨੇ ਮੈਂ ਵੀ ਆਵਾਜ਼ ਜਿਹੜੇ ਪਿੱਛੇ ਪ੍ਰੈਜੀਡੈਂਟ ਰਹੇ ਆ ਉਹ ਫਾਈਨੈਂਸ ਮਿਨਿਸਟਰ ਸਨ ਉਹਨਾਂ ਨੂੰ ਮੈਂ ਉਹ ਜਗ੍ਹਾ ਲੈ ਕੇ ਵੀ ਗਿਆ ਵਿਖਾਇਆ ਦਰਸ਼ਨ ਕਰਾਏ ਉੱਥੇ ਖੂਨ ਲੱਗੀ ਜਿੱਥੇ ਦਰਸ਼ਨ ਹੋ ਜਾਂਦੇ ਅਤੇ ਹੁਣ ਇਹ ਤਾਂ ਚਾਹੁੰਦੇ ਜ਼ਰੂਰ ਪੜੇ ਦੋਵੇਂ ਸਰਕਾਰਾਂ ਆਪ ਜੀ ਛੋਟਾ ਕੰਮ ਨਹੀਂ ਬਹੁਤ ਵੱਡਾ ਕੰਮ ਹੈ ਪਵਿੱਤਰ ਕੰਮ ਹੈ। ਪ੍ਰਕਾਸ਼ ਬਾਦਲ ਨੇ ਮੀਂਹ ਕਾਰਨ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣ ਤੇ ਮੁਆਵਜ਼ਾ ਦੇਣ ਦੀ ਗੱਲ ਕਹੀ ਤੇ ਨਾਲ ਹੀ ਕਾਂਗਰਸ ਨੂੰ ਅਕਾਲੀ ਦਲ ਦੇ ਵਿਰੋਧੀ ਦੱਸਦੇ ਹੋਏ ਕਿਹਾ ਕਿ ਕਾਂਗਰਸ ਹਮੇਸ਼ਾ ਦੁਸ਼ਮਣ ਪਾਰਟੀ ਰਹੀ ਹੈ। ਦੇਖੋ ਐਡਾ ਵੱਡਾ ਨੁਕਸਾਨ ਹੋ ਗਿਆ ਪੰਜਾਬ ਦਾ ਔਰ ਇਹ ਕਾਨੂੰਨ ਹੈ ਕਿ ਕੁਦਰਤੀ ਆਫਤ ਨਾਲ ਜੇ ਕੋਈ ਨੁਕਸਾਨ ਹੋਵੇ ਤਾਂ ਉਹਦਾ ਨੁਕਸਾਨ ਪੂਰਾ ਕਰਨਾ ਸਰਕਾਰ ਦਾ ਅਸੀਂ ਕਰਦੇ ਰਹੇ ਹਾਂ ਬੜੀ ਖੁਸ਼ੀ ਨਾਲ ਪਿੰਡਾਂ 'ਚ ਵੀ ਜਾਂਦੇ ਰਹੇ ਹਾਂ ਉਹਦਾ ਇੱਕ ਦਿਨ ਜਹਾਜ਼ ਹੈਲੀਕਾਪਟਰ 'ਤੇ ਜਿਹੜਾ ਮਾਰ ਗਿਆ ਵਿਖਾਵਾ ਜਿਹਾ ਕਰ ਗਿਆ ਅਤੇ ਮਾਮਲਾ ਨੂੰ ਫੁੱਲ ਕੰਪਨਸੇਸ਼ਨ ਦੇਣਾ ਚਾਹੀਦਾ ਹੈ ਐ ਨਹੀਂ 5-7 ਹਜ਼ਾਰ ਦੇ ਅੰਦਰ ਲੋਕਾਂ ਦਾ ਕੀ ਪੜਦਾ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਗਾਤਾਰ ਵਿਰੋਧੀ ਪਾਰਟੀ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਕਾਂਗਰਸ ਵੱਲੋਂ ਬਾਦਲਾਂ ਦੇ ਕੀਤੇ ਜਾ ਰਹੇ ਸ਼ਬਦੀ ਹਮਲਿਆਂ ਦਾ ਪਲਟਵਾਂ ਜਵਾਬ ਦੇਣ ਲਈ ਪ੍ਰਕਾਸ਼ ਬਾਦਲ ਪਿੱਛੇ ਨਹੀਂ ਹਟਦੇ ਤੇ ਵਿਰੋਧੀਆਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਹਮੇਸ਼ਾ ਤਿਆਰ ਹੁੰਦੇ ਨੇ। ਲੰਬੀ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ, ਚੈਨਲ ਪੰਜਾਬ।